कैसा मेरे लस्सी ने बेड़ा धोता हूं दा चाचा की हाल है ना तू मेनू दवाई लाके देनी है और चाचा सलीम इतना पागल बंदा ही डैम्प दे अगरबत्ती ला कहंदा अल्लाह मियां इन बशक दी है ओ जी मां दी गई है ता रिश्ता देखण तेनु आंदी है पुत्र तू बोलला नहीं है ओथे पहुंचिया मां इनु एदी बोटी ने चाह ले आके दीती तेने जूई फड़ी अगो आंदा दरा में दरा में ते कुड़ी इनु आंदी है फूत मार कहंदा है मोटरसाइकिल लेके चला गया कब्रिस्तान उत्ते कहंदा भाई इत्थे जंप ही बहुत ने कहंदा और चाचा सलीम ना सत्तवीं मंजिल तक थल्ले डिग गया बंदे इकट्ठे हो गए की होया कहंदा मैनू नहीं पता मैं आप हुणे आया जी दुकान ते जाके दुकान वाले नु आंदा चाचा अंडा दे अगो चाचा कहंदा तेनू तकलीफ होंदी अंडा दे सब ही गया सीटा लैण दुकान ते कहंदा चाचा कैप्टन दे सीटा दे दो कहंदा कैप्टन नहीं है कहंदा फिर पुलिस वालियां दे दे खान साहब गए दुकान तो जुत्ती लैन जुत्ती लैके आए दोबारा वापसी गए जाके दुकान खप पाती चंगी तुसी वारंटी दी है चंगी वारंटी दी है इसमें और आखिर की होया अंदर चुकी गई है वाशरूम में तेज चिराग रगड़ा बिचू जेन निकलिया तेज आके क्यों हुक्म है मेरे आका ऐसा आके मैं मंगरू धो दे आ भाई ना वाशरूम च गया मैं कुंडी लाला कहना मैं महीना रहना हाँ भाई फिर वाशरूम च गया उत्थे लिखा जी ज्यादा पानी इस्तेमाल करे बैठा बैठा नौ लोटे पी गया पानी हाँ भाई खान साहब गया पेट्रोल पंप ते पेट्रोल पान इन्हें कहा दसा पेट्रोल पाई कहना दस होर देर पंप च हिस्सा ना पा दा और सलीम ऐसा पागल बंदा है गटर च डिग गया और मैं कहा यार तेन बाहर कड़ा कहना नहीं मैंने मस्त माहौल जीने ਇੰਨਾ ਪਾਗਲ ਬੰਦਾ ਹੀ ਸੰਗਲ ਲੈ ਕੇ ਬਸ ਚ ਵੜ ਗਿਆ ਕਹਿੰਦਾ ਮੇਰੀ ਮਦਦ ਕਰੋ ਮੈਂ ਮਾਝ ਲੈਣੀ ਬਸ ਚ ਮਾਈ ਨੇ ਉਲਟੀ ਕੀਤੀ ਤੇ ਵਿੱਚ ਦਿਲ ਬਣਾ ਕੇ ਸਲੀਮ ਲਿਖਤਾ ਆ ਬਸ ਚ ਬੈਠਾ ਹੋਵੇ ਮਾਈ ਨੇ ਉਲਟੀ ਆਈ ਕਹਿੰਦਾ ਆਲੂ ਆਲੂ ਮੇਰੇ ਚੱਲ ਆਮੀ ਅਲੀ ਨਾ ਯਾਰਾਂ ਚ ਬਹਿ ਕੇ ਫੜਾ ਮਾਰਨ ਦਿਆ ਕਹਿੰਦਾ ਸਾਡੇ ਕੋਲ ਨਾ ਜੰਗੀ ਸਾਈਕਲ ਆ ਜਦੋਂ ਮੈਂ ਘਰ ਗਿਆ ਸਾਈਕਲ ਦੇ ਅੱਗੇ ਇੰਨੀ ਛੁਰੀ ਲੈ ਕਹਿੰਦਾ ਮੈਨੂੰ ਜੰਗ ਦਾ ਬੜਾ ਫਾਇਦਾ ਮੈਂ ਕਿਹਾ ਕਿਉਂ ਕਹਿੰਦਾ ਮੈਂ ਕਬਾੜ ਚੁੱਕ ਕੇ ਵੇਚਣਾ ਦੁਕਾਨ ਤੇ ਗਿਆ ਪੈਂਪਰ ਲੈਣ ਕਹਿੰਦਾ ਪੈਂਪਰ ਦੇ ਦਿਓ ਕਹਿੰਦਾ ਉੱਥੇ ਜਾ ਕੇ ਭੁੱਲ ਗਿਆ ਕਹਿੰਦਾ ਬੁੰਡ ਤੇ ਪਾਉਣ ਵਾਲਾ ਹੈਲਮਟ ਦਿਓ ਕਹਿੰਦਾ ਤਿੰਨੇ ਭਰਾ ਮੋਟਰਸਾਈਕਲ ਤੇ ਬੈਠੇ ਤੇ ਟ੍ਰੈਫਿਕ ਪੁਲਿਸ ਵਾਲੇ ਨੇ ਰੋਕਿਆ ਇਹਨਾਂ ਨੂੰ ਉਹ ਕਹਿੰਦਾ ਭਾਈ ਅੱਗੇ ਹੀ ਅਸਾਂ ਤਿੰਨ ਬੈਠੇ ਆ ਤੈਨੂੰ ਕਿੱਥੇ ਪਾਵਾਂਗੇ ਗਿਆ ਅੱਗੋ ਸ਼ੇਰ ਆ ਗਿਆ ਇਹ ਸ਼ੇਰ ਨੂੰ ਵੇਖਿਆ ਤਾਂ ਕਹਿੰਦਾ ਉਹ ਸ਼ੇਰ ਮੰਮਦਾ ਤੂੰ ਕਿੱਥੇ ਆ ਗਦਾਮ ਦੇ ਵਿੱਚੋਂ ਆਖਰੀ ਬੋਰੀ ਕਣਕ ਦੀ ਚੁੱਕੀ ਹੈ ਨਾ ਤੇ ਉਹਦੇ ਥੱਲੋਂ ਇਹੋ ਜਿਹੀ ਚੂਹੀ ਨਿਕਲਦੀ ਹੈ ਬੰਦੇ ਨੇ ਪਸਤੋਲ ਲੈ ਲੈਣੂੰ ਚਲਾਣਾ ਨਾ ਆਵੇ ਦੁਕਾਨਦਾਰ ਕੋ ਵਿਆਹ ਕਹਿੰਦਾ ਫਿਲਮਾਂ ਵਾਲੀ ਦੁਕਾਨ ਤੇ ਕਹਿੰਦਾ ਇੱਕ ਅਮਰਿੰਦਰ ਗਿੱਲ ਦੀ ਫਿਲਮ ਕਰਦੇ ਬਾਕੀ ਪੰਜਾਬੀ ਗਾਣੇ ਕਰਦੀ ਆ ਭਾਜਨ ਤੁਸੀਂ ਵੇਲੇ ਹੋ ਹਾਂਜੀ ਵੇਲੇ ਆ ਮੇਰੇ ਕੰਨ ਚੋਂ ਮੈਲ ਤੇ ਕੱਢ ਦਿਓ ਇਹਦਾ ਮੂੰਹ ਇੰਜ ਦਾ ਜਿਵੇਂ ਹੁੱਕੇ ਚ ਮਾਰਨ ਵਾਲੇ ਸੀਖ ਹੁੰਦੀ ਆ ਆ ਭਾਈ ਗਿਆ ਪੈਟਰੋਲ ਪੰਪ ਤੇ ਕਹਿੰਦਾ ਭਾਈ 1 ਲੀਟਰ ਪੈਟਰੋਲ ਪੰਪ ਪੈਟਰੋਲ ਦੇ ਦਿਓ ਉਹਨੇ ਪੈਟਰੋਲ ਦਿੱਤਾ ਕਹਿੰਦਾ ਹੋਰ ਕੁਛ ਆ ਕਹਿੰਦਾ ਦਸਾਂ ਦੀ ਬਰਫ ਵੀ ਪਾ ਦਿਓ ਚਲੋ ਆ ਭਾਈ ਤੁਹਾਡੇ ਕੋਲ 2 ਮਿੰਟ ਆ ਹਾਂਜੀ ਭਾਈ ਹੈ ਬੜਾ ਫਜ਼ੂਲ ਇਨਸਾਨ ਹੈ ਯਾਰ ਮੇਰੇ ਕੋਲ ਤੇ 1 ਮਿੰਟ ਵੀ ਨਹੀਂ ਹੈ ਆਣਾ ਜਹਾਜ਼ 'ਚ ਬੈਠਾ ਹੋਵੇ ਜਹਾਜ਼ ਉਡਣ ਲੱਗਾ ਉਹਨਾਂ ਨੇ ਆਖਿਆ ਆਪਣੇ ਆਪਣੇ ਬੈਲਟ ਬੰਨ ਲਓ ਇਹ ਆਪਣਾ ਨਾਲਾ ਖੋਲ ਕੇ ਬੰਨਣ ਲੱਗ ਪਿਆ ਆ ਪਾਰਾ ਮੈਂ ਜਹਾਜ਼ 'ਚ ਬਹਿ ਗਿਆ ਤੇ ਜਹਾਜ਼ ਪਰਲੇ 1 ਮਿੰਟ ਲਾਉਣ ਲੱਗੇ ਉਹਨਾਂ ਨੂੰ ਮਾਰ ਲਾ ਪਿਆ ਪਾਇਲਟ ਨੂੰ ਕਹਿੰਦਾ ਅੱਗੇ ਲੇਟ ਹੋ ਗਏ ਤੂੰ ਸੜਕ ਸੜਕੀ ਕਰ ਲਿਆ